ਹਾਂਜੀ ਵਿਦਿਆਰਥੀਆਂ ਤਾਂ ਲੈ ਕੇ ਆ ਚੁੱਕੇ ਆ ਜੁਲਾਈ 2024 ਦੇ ਲਈ ਜਿਹੜਾ ਤੁਹਾਡਾ ਕਲਾਸ 9th ਦਾ ਇੰਗਲਿਸ਼ ਦਾ ਬਾਈ ਮੰਥਲੀ ਪੇਪਰ ਹੋਣਾ ਵਾ ਠੀਕ ਹੈ ਜੀ ਬੀ ਨੰਬਰਾਂ ਦਾ ਤੁਹਾਡੇ ਪੇਪਰ ਹੋ ਰਹੇ ਹਨ ਜਿਵੇਂ ਕਿ ਤੁਹਾਨੂੰ ਪਤਾ ਹੀ ਆ 9 ਜਾਂ 10 ਤੋਂ ਤੁਹਾਡੇ ਪੇਪਰ ਸ਼ੁਰੂ ਹੋ ਗਏ ਸਨ ਤੇ ਹੁਣ ਚਲੋ ਦੋਸਤੋ ਇੱਕ ਇਹ ਸਾਡੇ ਕੋਲ ਇੰਗਲਿਸ਼ ਦਾ ਪੇਪਰ ਆ ਇਹਦੀ ਤਿਆਰੀ ਕਰਾ ਦਿੰਨੇ ਆ ਵੈਰੀ ਵੈਰੀ ਇੰਪੋਰਟੈਂਟ ਹੈ ਤੁਹਾਡਾ ਪੇਪਰ ਤਾਂ ਦੇਖ ਲਓ ਬੀ ਨੰਬਰ ਦਾ ਪੇਪਰ ਆਏਗਾ ਸਭ ਤੋਂ ਪਹਿਲਾਂ ਤੁਹਾਨੂੰ ਪੈਸੇਜ ਆਏਗੀ 5 ਮਾਰਕਸ ਦੀ ਤਾਂ ਕੀ ਲਿਖਿਆ ਦੇਖੋ ਵਨ ਇਵਨਿੰਗ ਅ ਬாய் ਆਫ 3 ਬਾਜ਼ ਆਊਟ ਆਫ 4 ਆ ਇੱਕ ਸ਼ਾਮ ਨੂੰ 3 ਸਾਲ ਦਾ ਮੁੰਡਾ ਆਪਣੇ ਪਿਤਾ ਨਾਲ ਸੈਰ ਕਰਨ ਜਿਹੜਾ ਗਿਆ ਹੋਇਆ ਸੀਗਾ ਠੀਕ ਹੈ ਜੀ ਫਿਰ ਕੀ ਹੋਇਆ ਕਿ देयर वाज आल्सो ਐਨ ਐਲਡਰਲੀ ਮੈਨ ਵਿਦ ਹਿਸ ਫਾਦਰ ਠੀਕ ਹੈ ਕਿ ਭਾਈ ਪਿਤਾ ਦੇ ਨਾਲ ਇੱਕ ਬਜ਼ੁਰਗ ਵੀ ਸੀ ਉਸ ਤੋਂ ਬਾਅਦ ਕੀ ਹੈ ਚੈਟਿੰਗ ਦੇ ਵਾਕਡ ਓਨ ਐਂਡ ਵੈਂਟ ਬਿਯੋਂਡ ਦਾ ਵਿਲੇਜ ਭਾਈ ਕੀ ਹੋਇਆ ਕਿ ਗੱਲਾਂ ਕਰਦੇ ਕਰਦੇ ਉਹ ਤੁਰ ਪਏ ਤੇ ਪਿੰਡ ਤੋਂ ਪਰੇ ਉਹ ਚਲੇ ਗਏ ਉਸ ਤੋਂ ਬਾਅਦ ਕੀ ਹੋਇਆ ਕਿ ਦਾ ਗ੍ਰੀਨ ਕ੍ਰੌਪਸ ਡਿਲਾਈਟਡ ਦਾ ਆ ਇਸ ਦਾ ਐਲਡਰਸ ਵਰ ਵਾਕਿੰਗ ਅਲੋਂਗ ਦਾ ਐਜ ਆਫ ਦਾ ਫੀਲਡ ਨਾਟ ਹੀਰਿੰਗ ਦਾ ਫੁੱਟਸਟੈਪ ਆਫ ਦਾ ਬੋਏ ਦਾ ਫਾਦਰ ਲੁੱਕਡ ਬੈਕ ਦਾ ਬੋਏ ਵਾਸ ਸਿਟਿੰਗ ਔਨ ਦਾ ਗਰਾਉਂਡ ਐਂਡ ਸੀਮ ਟੂ ਬੀ ਪਲਾਂਟਿੰਗ ਸਮਥਿੰਗ ਮਤਲਬ ਦੋਸਤੋ ਇਹ ਦੇ ਵਿੱਚ ਹੈ ਕਿ ਹਰੀਆ ਫਸਲਾਂ ਅੱਖਾਂ ਨੂੰ ਖੁਸ਼ ਕਰਦੀਆਂ ਸਨ ਬਜ਼ੁਰਗ ਇੱਕ ਖੇਤ ਦੇ ਕਿਨਾਰੇ ਨਾਲ ਤੁਰ ਰਹੇ ਸਨ ਮੁੰਡੇ ਦੇ ਪੈਰਾਂ ਦੀ ਆਵਾਜ਼ ਨਾ ਸੁਣਨ ਤੇ ਨਾ ਸੁਣ ਕੇ ਪਿਤਾ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਮੁੰਡਾ ਜ਼ਮੀਨ ਤੇ ਬੈਠਾ ਕੁਝ ਬੀਜਦਾ ਜਾਪਦਾ ਸੀ ਪਿਤਾ ਜੀ ਉਤਸਕ ਹੋ ਕੇ ਤੁਸੀਂ ਕੀ ਕਰ ਰਹੇ ਹੋ ਉਸਨੇ ਕਿਹਾ ਉਸਨੇ ਕੀ ਕਿਹਾ ਕਿ ਬਈ ਦੇਖੋ ਪਿਤਾ ਜੀ ਮੈਂ ਸਾਰੇ ਮੈਦਾਨ ਵਿੱਚ ਬੰਦੂਕਾਂ ਉਗਾਵਾਂਗਾ ਮੁੰਡੇ ਦਾ ਮਾਸੂਮ ਜਵਾਬ ਆਹ ਸੀ ਠੀਕ ਹੈ ਜੀ ਦਾ ਫਾਦਰ ਬਿਕਮ ਕਿਊਰੀਅਸ ਵਟ ਆਰ ਯੂ ਡੂਇੰਗ ਸੈਡ ਹੀ ਲੁੱਕ ਫਾਦਰ ਆਈ ਸ਼ਲ ਗਰੋ ਗਨਸ ਆਲਓਵਰ ਦਾ ਫੀਲਡ ਠੀਕ ਹੈ ਜੀ ਕਿ ਮੈਂ ਜਿਹੜਾ ਹੈਗਾ ਵਾ ਬੰਦੂਕਾਂ ਜਿਹੜਾ ਹੈਗਾ ਉਗਾਵਾਂਗਾ ਇਹ ਜਿਹੜਾ ਹੈਗਾ ਕੀ ਹੈ ਉਸਦਾ ਇਨੋਸੈਂਟ ਰਿਪਲਾਈ ਅ ਸਿਕਾ ਕਿ ਇਸ ਦਾ ਬੋਏ ਦਾ ਠੀਕ ਹੈ ਜੀ ਕਿ ਬਈ ਮਾਸੂਮ ਜਵਾਬ ਸੀ ਉਸ ਬੱਚੇ ਦਾ ਹਿਸ ਆਇਜ਼ ਸ਼ੋਨ ਵਿਦ ਦਾ ਸਟਰੋਂਗ ਫੇਥ ਥੈਟ ਗਨਸ ਵੁੱਡ ਗਰੋ ਇਨ ਦਾ ਫੀਲਡ ਬੋਥ ਦਾ ਐਲਡਰਸ ਟਰੱਕ ਵਿਦ ਵੰਡਰ ਐਟ ਦਾ ਲਿਟਲ ਬॉयਜ਼ ਵਰਡਸ ਬਈ ਕੀ ਹੋਇਆ ਕਿ ਉਸ ਦੀਆਂ ਅੱਖਾਂ ਜਿਹੜੇ ਹੈਗੀਆਂ ਇਸ ਪੱਕੇ ਵਿਸ਼ਵਾਸ ਨਾਲ ਚਮਕਦੀਆਂ ਹਨ ਕਿ ਬੰਦੂਕਾਂ ਖੇਤ ਵਿੱਚ ਉੱਗ ਜਾਣਗੀਆਂ ਛੋਟੇ ਮੁੰਡੇ ਦੀਆਂ ਗੱਲਾਂ ਸੁਣ ਕੇ ਦੋਵੇਂ ਬਜ਼ੁਰਗ ਜਿਹੜੇ ਹੈਗੇ ਆ ਹੈਰਾਨ ਹੋ ਗਏ ਠੀਕ ਹੈ ਜੀ ਤੇ ਫਿਰ ਕੀ ਦਾ ਬாய் ਬਸ ਭਗਤ ਸਿੰਘ ਹੂ ਲੇਟਰ ਹਾਂਜੀ ਹੂ ਲੇਟਰ ਫਾਊਂਟ ਲਾਈਕ ਅ ਹੀਰੋ ਫੋਰ ਇੰਡੀਆਸ ਫਰੀडम ਐਂਡ ਸੈਕਰੀਫਾਈਸਡ ਹਿਸ ਲਾਈਫ ਠੀਕ ਹੈ ਉਹ ਲੜਕਾ ਭਗਤ ਸਿੰਘ ਸੀ ਜੋ ਬਾਅਦ ਵਿੱਚ ਭਾਰਤ ਦੀ ਆਜ਼ਾਦੀ ਲਈ ਇੱਕ ਨਾਇਕ ਵਾਂਗ ਲੜਿਆ ਤੇ ਆਪਣੇ ਜਾਨ ਕੁਰਬਾਨ ਕਰ ਦਿੱਤੇ ਠੀਕ ਹੈ ਜੀ ਤਾਂ ਇਹ ਤੁਹਾਡਾ ਹੈਗਾ ਵਾ ਤੇ ਹੁਣ ਚਲੋ ਇਸ ਦੇ ਪ੍ਰਸ਼ਨ ਦੇਖ ਲੈਨੇ ਆ ਪਹਿਲਾ ਪ੍ਰਸ਼ਨ ਹੈ ਵੇਅਰ ਵਰ ਦਾ ਐਲਡਰਸ ਵਾਕਿੰਗ भाई ज है बजुर्ग कि चल रहे सन तो इसका आंसर आ जाएगा अलोंग द एज ऑफ अ फील्ड ठीक है जी वो एक के किनारे दे नाल। चल रहे सन वट वाज़ द बॉयंग वट वाज़ द बॉय डूइंग वैन हिज फादर लुकड वैक भई ज हैगा वा जो तो उसके पिता ने पिछे मुड़ के देखा तो लड़का की कर रहा है तो इसका आंसर दोस्तों एज आ जाएगा बोथ ए एंड बी मतलब ही वाज सिटिंग ऑन द ग्राउंड ठीक है जी वह जमीन पर बैठा सी ठीक है जी तो यदा आंसर यह भी आ जाएगा ही वाज़ प्लांटिंग समथिंग यानी कि वह कुछ बीज रहा है इसलिए इसका आंसर आएगा सी ऑप्शन इस बोथ ए एंड बी वट फेथ डिड द बॉय हैज़ ਭਾਈ ਜਿਹੜਾ ਮੁੰਡੇ ਦੀ ਹਾਂਜੀ ਮੁੰਡੇ ਨੂੰ ਕਿਸ ਦੇ ਵਿੱਚ ਵਿਸ਼ਵਾਸ ਸੀ ਤਾਂ ਦੋਸਤੋ ਕੀ ਸੀ ਵਿਸ਼ਵਾਸ ਮੁੰਡੇ ਨੂੰ ਮਤਲਬ ਕਿਸ ਕਿਸ ਚੀਜ਼ ਵਿੱਚ ਵਿਸ਼ਵਾਸ ਸੀ ਤਾਂ ਇਸ ਦਾ ਆਨਸਰ ਜਿਹੜਾ ਹੈਗਾ ਵਾ ਆ ਜਾਏਗਾ ਹੀ ਬਲੀਵਡ ਦੈਟ ਬੌਮਸ ਵੁੱਡ ਗਰੋ ਇਨ ਦਾ ਫੀਲਡ ਗਰੋ ਇਨ ਦਾ ਫੀਲਡ ਠੀਕ ਹੈ ਜੀ ਤਾਂ ਇਹਦਾ ਆਨਸਰ ਦੋਖੋ ਇਹਦਾ ਦੇਖਦੇ ਆਪਾਂ ਚੰਗੀ ਤਰ੍ਹਾਂ ਤਾਂ ਇਹਦਾ ਆਨਸਰ ਦੋਸਤੋ ਤੁਹਾਡਾ ਇਹ ਹੀ ਆਏਗਾ ਬੀ ਆਪਸ਼ਨ ਠੀਕ ਹੈ ਜੀ ਇਹ ਇਥੇ ਇਹਦੇ ਨਾਲ ਜੁੜਿਆ ਜਿਹਾ ਲੱਗ ਰਿਹਾ ਸੀਗਾ ਇਸ ਲਈ ਦੋਸਤੋ ਇਹ ਨਹੀਂ ਆਏਗਾ ਇਸ ਦਾ ਆਨਸਰ ਇਹ ਆਏਗਾ ਹੀ ਬਲੀਵਡ ਦੈਟ ਗਨ ਗੰਸ ਵੁੱਡ ਗਰੋ ਇਨ ਦਾ ਫੀਲਡ ਠੀਕ ਹੈ ਜੀ कि बई वो विश्वास करता स कि जे बंदूकों जी है खेत में उगण गए ठीक है जी तो इस आंसर ये हो जाएगा उसके तो बाद है फादर लुकड बैक बिकॉज डैश ठीक है जी यानी कि पिता जी ने पिछले मुड़ के देखा क्योंकि दोस्तों की है ही डिड नॉट हेयर द फुट स्टैप्स ऑफ हिज सन क्योंकि बई जो है वा ये तो फस्ट ऑप्शन क्योंकि उसके पैरों की आवाज़ नहीं सुनी उसने उसके पुत्र ठीक है पैरों की आवाज़ नहीं सुनाई दे रही थी उस तो बाद दोस्तों की है भगत सिंह सैक्रीफाइस हिज लाइफ फोर ਭਈ ਭਗਤ ਸਿੰਘ ਨੇ ਆਪਣੀ ਜਾਨ ਕੁਨਵਾਰ ਜਿਹੜੀ ਹੈਗੀ ਜਾਨ ਜਿਹੜੀ ਹੈ ਕੁਰਬਾਨ ਕਰ ਦਿੱਤੀ ਕਿਉਂ ਤਾਂ ਦੋਸਤੋ ਇੰਡੀਆਜ਼ ਫ੍ਰੀडम ਦੇ ਲਈ ਯਾਨੀ ਕਿ ਭਾਰਤ ਦੀ ਆਜ਼ਾਦੀ ਦੇ ਲਈ ਉਸ ਤੋਂ ਬਾਅਦ ਦੋਸਤੋ ਫਿਰ ਤੁਹਾਡਾ ਕੁਐਸਚਨ ਨੰਬਰ 2 ਆ ਜੋ ਕਿ ਤੁਹਾਨੂੰ ਇੱਥੇ 4 ਮਾਰਕਸ ਦੀ ਆਉਣ ਗਿਆ ਤਾਂ ਪਹਿਲਾ ਪ੍ਰਸ਼ਨ ਹੈ ਵਟ ਸ਼ੁੱਡ ਵਨ ਵੇਵਰ ਆਫ ਠੀਕ ਹੈ ਵੇਵਰ ਆਫ ਤਾਂ ਇਸ ਪ੍ਰਸ਼ਨ ਦਾ ਵਿੱਚ ਆਹੀ ਹੈ ਕਿ ਭਈ ਜਿਹੜਾ ਹੈਗਾ ਕਿਸ ਚੀਜ਼ ਤੋਂ ਸਾਵਧਨ ਰਹਿਣਾ ਚਾਹੀਦਾ ਹੈ ਠੀਕ ਹੈ ਜੀ ਤਾਂ ਇਸ ਪ੍ਰਸ਼ਨ ਦਾ ਆਨਸਰ ਜਿਹੜਾ ਹੈ ਜਾਇਗਾ 1 ਸ਼ੁੱਡ ਬੀ ਅਵੇਅਰ ਆਫ ਫਲੇਟਰਸ ਜਿਹੜੇ ਦੋਸਤੋ ਫਲੇਟਰਸ ਹੁੰਦੇ ਨੇ ਉਹਨਾਂ ਤੋਂ ਜਿਹੜਾ ਹੈਗਾ ਸਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਫਲੇਟਰਸ ਮਤਲਬ ਇਥੇ ਦੋਸਤੋ ਆਪਾਂ ਕਹਿ ਸਕਦੇ ਹਾਂ ਚਾਪਲੂਸੀ ਕਰਨ ਵਾਲਿਆਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ ਠੀਕ ਹੈ ਜੀ ਤਾਂ ਇਹ ਤੁਹਾਡਾ ਪ੍ਰਸ਼ਨ ਦਾ ਆਨਸਰ ਹੋ ਜਾਵੇਗਾ ਉਸ ਤੋਂ ਬਾਅਦ ਆਪਣਾ ਅਗਲਾ ਪ੍ਰਸ਼ਨ ਹੈ ਵਟ ਵਾਸ ਦਾ ਵਟ ਵਾਸ ਦਾ ਈਵੈਂਟ ਦੈਟ ਸਰਪ੍ਰਾਈਜ਼ਡ ਦਾ ਵਰਲਡ ਠੀਕ ਹੈ ਯਾਨਕੀ ਦੁਨੀਆ ਨੂੰ ਹੈਰਾਨ ਕਰ ਦੇਣ ਵਾਲੀ ਕਿਹੜੀ ਘਟਨਾ ਸੀ ਤਾਂ ਇਸ ਦਾ ਆਨਸਰ ਆ ਜਾਏਗਾ ਆਪਣਾ ਦੇਖਦੇ ਹਾਂ ਚਲੋ ਇਸ ਪ੍ਰਸ਼ਨ ਦਾ ਆਨਸਰ ਦਾ ਇਸ ਦਾ ਅਨਸਰ ਆ ਜਾਏਗਾ ਆਪਣਾ ਜੇ ਸੀ ਬੋਸ ਹੈਡ ਇਨਵੈਂਟਡ ਐਨ ਇਨਸਟਰੂਮੈਂਟ ਦੈਟ ਸਰਪ੍ਰਾਈਜ਼ਡ ਦਾ ਵਰਲਡ ਬਿਕਾਜ਼ ਇਟ ਕੁਡ ਮੈਜ਼ਰ ਦਾ ਗਰੋਥ ਆਫ ਪਲਾਂਟਸ ਯਾਨਕੀ ਜਿਹੜਾ ਜੇ ਸੀ ਬੋਸ ਨੇ ਇੱਕ ਅਜਿਹੇ ਯੰਤਰ ਦੀ ਖੋਜ ਕੀਤੀ ਸੀ ਜਿਸ ਨੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਸੀ ਕਿਉਂਕਿ ਇਹ ਪੌਦਿਆਂ ਦੇ ਵਾਧੇ ਨੂੰ ਮਾਪ ਜਿਹੜਾ ਹੈਗਾ ਸਕਦਾ ਸੀ ਹੀ ਆਲਸੋ ਪ੍ਰੋਵਾਈਡਡਡ ਥੈਟ ði ਪਲਾਂਟਸ ਹੈਵ ਹਾਰਟਸ ਐਂਡ ਕੈਨ ਫੀਲ ਹੀ ਪ੍ਰੂਵਡ ਥੈਟ ði ਪਲਾਂਟਸ ਕੈਨ ਸੀ ਉਸਨੇ ਇਹ ਵੀ ਸਾਬਿਤ ਕੀਤਾ ਕਿ ਪੌਦਿਆਂ ਦੇ ਦਿਲ ਹੁੰਦੇ ਹਨ ਅਤੇ ਮਹਿਸੂਸ ਕਰ ਸਕਦੇ ਹਨ ਉਹ ਉਸਨੇ ਸਾਬਿਤ ਕੀਤਾ ਕਿ ਪੌਦੇ ਦੇਖ ਸਕਦੇ ਹਨ ਤਾਂ ਇਸ ਪ੍ਰਸ਼ਨ ਦਾ ਅਨਸਰ ਹੋ ਜਾਏਗਾ ਅਗਲਾ ਆਪਣਾ ਪ੍ਰਸ਼ਨ ਕੀ ਇਹ ਥੇ ਰਾਈਟ ਦਾ ਸੈਂਟਰਲ ਆਈਡੀਆ ਆਫ ਦਾ ਪੋਇਮ ਓਪਨ ਦਾ ਆਈਜ਼ ਐਂਡ ਸੀ ਦਾ ਗੌਡਸ ਸੀ ਦਾ ਗੌਡ ਤਾਂ ਇਸ ਅਨਸਰ ਦੇਖ ਲਓ ਆਪਾਂ ਇਹ ਦੇਖ ਲੈਨੇ ਆਪਾਂ ਆ ਰਿਹਾ ਰਾਈਟ ਦਾ ਸੈਂਟਰਲ ਆਈਡੀਆ ਆਫ ਦਾ ਪੋਇਮ ਆਜੜੀ ਤੁਹਾਡੀ ਹੈਗੀ ਆ ਤਾਂ ਦੇਖੋ ਕਿ ਇਹਦਾ ਪੋਇਟ uh says that the worship of idol is useless because god can never uh, be found in temples yani ki kabhi kehanda hai ki murtiyan di puja jehdi hai ki vyarth hai kyunki rab kade mandira vich nahi paya ja sakda us to baad dosto thalle unhone hor ki likha ki we cant find him by chanting and singing ਜਿਹੜਾ ਹੈਗਾ ਵਾ ਅਸੀਂ ਉਸ ਨੂੰ ਉਚਾਰਨ ਅਤੇ ਗਉਣ ਦੁਆਰਾ ਨਹੀਂ ਲੱਭ ਸਕਦੇ ਠੀਕ ਹੈ ਵੀ ਕਾਂਟ ਫਾਈਂਡ ਹਿਮ ਬਾਈ ਟੈਲਿੰਗ ਦਾ ਵਿਟਸ ਅਸੀਂ ਉਸ ਨੂੰ ਮਨ ਕੇ ਦੱਸ ਕੇ ਨਹੀਂ ਲੱਭ ਸਕਦੇ ਹੀ ਲਿਵਸ ਅਮੰਗ ਪੂਰ ਲੇਬਰਸ ਸੋ ਵੀ ਸ਼ੁੱਡ ਗੋ ਐਂਡ ਵਰਕ ਵਿਦ ਦਾ ਪੂਰ ਇਫ ਵੀ ਵਾਂਟ ਟੂ ਫਾਈਂਡ ਗੋਡ ਠੀਕ ਹੈ ਇਸ ਲਈ ਜੇਕਰ ਅਸੀਂ ਉਹ ਜਿਹੜਾ ਹੈਗਾ ਵਾ ਗਰੀਬ ਮਜ਼ਦੂਰਾਂ ਵਿੱਚ ਰਹਿੰਦਾ ਹੈ ਠੀਕ ਹੈ ਇਸ ਲਈ ਜੇਕਰ ਅਸੀਂ ਰੱਬ ਨੂੰ ਜਿਹੜਾ ਹੈਗਾ ਵਾ ਲੱਭਣਾ ਚਾਹੁੰਦੇ ਹਾਂ ਤਾਂ ਸਾਨੂੰ ਗਰੀਬਾਂ ਗਰੀਬਾਂ ਨਾਲ ਜਿਹੜਾ ਹੈਗਾ ਵਾ ਜਾ ਕੇ ਕੰਮ ਕਰਨਾ चाहिए है तो यह प्रश्न का थोड़ा आंसर हो गया उस तो बाद अपना प्रश्न देखो कि ये क्वेश्चन नंबर थ्री का ठीक है जी तो ये तीन मार्क्स के प्रश्न आता देखो कि है वाई डिड द बॉय गो टू द फार्मर मुंडा किसान को क्यों गया तो इस प्रश्न का आंसर आ जाएगा अपना द बॉय वेंट टू हिम इन सर्च ऑफ वर्क ठीक है यानी कि मुंडा कम दाल उसान को प्रश्न का आंसर हो गया उस तो बाद अपना अगला प्रश्न है इतें हाँ जी वट इज़ द लेडी ऑफ विशिश गिव टू बोथ द फादर एंड द सन विशिज कम टू द चैप्टर यह है, है वा यानी कि शुभकामनावान की औरत ने पिता और पुत्र की दिता ठीक है जी तो इस प्रश्न का आंसर देख लें आप आ रहा दोस्तो आ रहा द फादर विश्ड टू बी यंग एंड द सन विश्ड टू ग्रो ओल्ड यानी कि जड़ा है ਪਿਤਾ ਜਵਾਨ ਹੋਣਾ ਚਾਹੁੰਦਾ ਸੀ ਅਤੇ ਪੁੱਤਰ ਜਿਹੜਾ ਹੈਗਾ ਉਹ ਬੁੱਢਾ ਹੋਣਾ ਚਾਹੁੰਦਾ ਸੀ ਦਾ ਲੇਡੀ ਆਫ ਵਿਸ਼ਿਸ਼ ਗਰੰਟਡ देयर ਵਿਸ਼ਿਸ਼ ਠੀਕ ਹੈ ਜੀ ਤਾਂ ਲੇਡੀ ਆਫ ਵਿਸ਼ਿਸ਼ ਨੇ ਉਹਨਾਂ ਦੀਆਂ ਇੱਛਾਵਾਂ ਪੂਰੀਆਂ ਕੀਤੀਆਂ ਤਾਂ ਇਹ ਤੁਹਾਡਾ ਪ੍ਰਸ਼ਨ ਦਾ ਆਨਸਰ ਹੋ ਗਿਆ ਉਸ ਤੋਂ ਬਾਅਦ ਦੋਸਤੋ ਆਪਣਾ ਪ੍ਰਸ਼ਨ ਦੇਖੋ ਕੀ ਤੁਹਾਡਾ ਇੱਥੇ ਡੂ ਇਸ ਡਾਇਰੈਕਟਡ ਹੈ ਠੀਕ ਹੈ ਜੀ ਇੱਕ ਇੱਕ ਨੰਬਰ ਦੇ ਆ ਤਾਂ ਪਿਕ ਆਊਟ ਐਡਜੈਕਟਿਵ ਕਲਾਉਜ਼ ਜਿਹੜੇ ਹੁੰਦੇ ਆ ਤੁਸੀਂ ਇਸ ਨੂੰ ਕਰਨੇ ਆ ਠੀਕ ਹੈ ਜੀ ਜਿਵੇਂ ਕਿ ਹਾਂਜੀ ਨਿਰਦੇਸ਼ ਅਨੁਸਾਰ ਜਿਹੜਾ ਹੈਗਾ ਤੁਸੀਂ ਇਸ ਦਾ ਆਨਸਰ ਦੇਣਾ ਵਾ ਵਿਸ਼ੇਸ਼ਣ ਜਿਹੜੀ ਹੈਗੇ ਧਾਰਾ ਚ ਚੁਣਨੀ ਆ ਐਡਜੈਕਟਿਵ ਕਲਾਉਜ਼ ਚੁਣਨੇ ਆ ਤਾਂ ਦੇਖੋ ਇਹਦੇ ਵਿੱਚ ਕੀ ਹੈ ਕਿ ਆਈ ਹੈਵ ਫਾਊਂਡ ਦਾ ਬੁੱਕ ਵਿਚ ਯੂ ਲੌਸਟ ਯੈਸਟਰਡੇ ਮੈਨੂੰ ਉਹ ਕਿਤਾਬ ਮਿਲ ਗਈ ਜੋ ਤੁਸੀਂ ਕੱਲ ਜਿਹੜੀ ਕਿ ਗਵਾਹ ਦਿੱਤੀ ਸੀ ਤਾਂ ਇਸ ਪ੍ਰਸ਼ਨ ਦਾ ਆਨਸਰ ਜਿਹੜਾ ਹੈਗਾ ਵਾ ਦੋਸਤੋ ਕੀ ਆ ਜਾਏਗਾ ਆ ਰਿਹਾ ਦੋਸਤੋ ਦਾ ਐਡਜੈਕਟਿਵ ਕਲਾਉਜ਼ ਇਜ਼ ਕੀ ਆ ਜਾਏਗਾ ਇਸ ਪ੍ਰਸ਼ਨ ਦਾ ਆਨਸਰ ਇਹਦਾ ਆਨਸਰ बस ਆਹੀ ਆ ਜਾਏਗਾ ਵਿਚ ਯੂ ਲੌਸਟ ਯੈਸਟਰਡੇ ਐਡਜੈਕਟਿਵ ਕਲਾਉਜ਼ ਕੀ ਹੈ ਇਹਦੇ ਵਿੱਚ ਵਿਚ ਯੂ ਲੌਸਟ ਯੈਸਟਰਡੇ ਇਸ ਪ੍ਰਸ਼ਨ ਦਾ ਜਿਹੜਾ ਹੈਗਾ ਆਨ ho jayega kyun hai dekho this clause describe the book and the provide additional information about it bhai jdi eh tara va kitab da varnan kardi hai is bare jdi ek vadu jankari pradan kardi hai theek hai shabd shabd jda hega dosto the word which matlab jo theek hai ji is relative pronoun that introduce the adjective clause and it modify वाइज द नाउन बुक द क्लॉज प्रोवाइड मोर डिटेल अबाउट द स्पेसिफिक बुक विंग रेफरड टू ठीक है जी जो एक जेड़ा हैगा बा विशेषण ਧਾਰਾ ਨੂੰ ਦੋਸਤੋ ਪੇਸ਼ ਕਰਦਾ ਹੈ ਤੇ ਇਹ ਕਿਤਾਬ ਨਾਮ ਨੂੰ ਛੋਧਦਾ ਹੈ ਇਹ ਧਾਰਾ ਉਸ ਵਿਸ਼ੇਸ਼ ਪੁਸਤਕ ਬਾਰੇ ਵਧੇਰੇ ਵਿਰਵੇ ਪ੍ਰਦਾਨ ਕਰਦੀ ਹੈ ਜਿਸ ਦਾ ਹਵਾਲਾ ਦਿੱਤਾ ਜਾ ਰਿਹਾ ਹੈ ठीक है, पे है, है।, है।, वा है, है। जी ਤਾਂ ਇਹ ਸਵਾਲ ਦਾ ਸਹੀ ਆਨਸਰ ਹੋ ਜਾਵੇਗਾ ਯਾਨੀ ਕਿ ਇਸ ਦਾ ਆਨਸਰ ਇਹ ਤੁਹਾਡਾ ਹੋ ਜਾਏਗਾ ਆਵਲਾ ਅਬਜੈਕਟਿਵ ਕਲਾਉਜ਼ ਇਹ ਬਣਿਆ ਇਹਦਾ ਉਸ ਤੋਂ ਬਾਅਦ ਹੈ ਰਾਈਟ ਦਾ ਸਿਨੋਨਿਮ ਸਿਨੋਨਿਮ ਤੁਹਾਨੂੰ ਪਤਾ ਹੀ ਹੋਆ ਕੀ ਹੁੰਦੇ ਆ ਸਿਨੋਨਿਮ ਮਤਲਬ ਦੋਸਤੋ ਜਿਹੜੇ ਸਮਾਨਾਰਥੀ ਸ਼ਬਦ ਲਿਖੋ ਤਾਂ ਆ ਗਲੇਡ ਖੁਸ਼ੀ ਮਤਲਬ ਗਲੇਡ ਮਤਲਬ ਆਈ ਹੁੰਦਾ ਠੀਕ ਹੈ ਜੀ ਖੁਸ਼ੀ ਵਰਗ ਠੀਕ ਹੈ ਗਲੇਡ ਮਤਲਬ ਦੋਸਤੋ ਖੁਸ਼ੀ ਹੁੰਦਾ ਖੁਸ਼ ਹੈਪੀ ਠੀਕ ਹੈ ਤੇ ਡਰੈਗ ਤੇ ਡ੍ਰੈਗ ਦਾ ਕੀ ਹੁੰਦਾ ਦੋਸਤੋ ਇਸ ਦਾ ਦੇਖ ਲੈਣੇ ਆ ਚਲੋ ਇਸ ਦਾ ਆਨਸਰ ਆਪਾਂ ਦੇਖ ਲੈਣੇ ਆ ਸਭ ਤੋਂ ਪਹਿਲਾਂ ਗਲੈਡ ਦਾ ਦੇਖੋ ਠੀਕ ਹੈ ਜੀ ਸਿਨੋਨੀਮ ਆਫ ਅ ਗਲੈਡ ਤਾਂ ਦੇਖੋ ਕੀ ਹੈ ਸਭ ਤੋਂ ਪਹਿਲਾਂ ਗਲੈਡ ਦਾ ਆ ਜਾਏਗਾ ਦੋਸਤੋ ਹੈਪੀ ਪਲੀਜ਼ਡ অর ਜੁਆਇਫੁਲ ਇਹਨਾਂ ਦੇ ਵਿੱਚ ਦੋਸਤੋ ਤੁਸੀਂ ਕੋਈ ਵੀ ਜਿਹੜਾ ਹੈਗਾ ਵਾ ਇੱਕ ਲਿਖ ਸਕਦੇ ਹੋ ਜ਼ਰੂਰੀ ਨਹੀਂ ਕਿ ਇਹਨੇ ਜਿਹੜੇ ਦੱਸਿਆ ਤੁਹਾਨੂੰ ਉਹੀ ਲਿਖਣੇ ਆ ਠੀਕ ਹੈ ਜੀ ਇਹਦਾ ਗਲੈਡ ਦਾ ਕੀ ਆ ਜਾਏਗਾ ਦੋਸਤੋ ਹੈਪੀ ਲਿਖ ਲਓ ਹੈਪੀ ਮਤਲਬ ਕੀ ਹੁੰਦਾ ਵਾ ਖੁਸ਼ੀ ਹੁੰਦਾ ਵਾ ਪਲੀਜ਼ਡ ਮਤਲਬ ਦੋਸਤੋ ਪ੍ਰਸੰਨ ਹੋ ਗਿਆ ਠੀਕ ਹੈ ਜੀ ਜੁਆਇਫ उस ड्रैग का पूछा ड्रैग का देख लो की है दोस्तों ड्रैग का शब्द दोस्तों हाँ जी अस सुना फोर ड्रैग कुड भी हॉल पुल टो और ड्रैगल तो कोई भी एक लिख देना जिम्मे कि ढोना खिंचना टो तो, या ड्रैगल ठीक है जी यही एक गल हैगी इसका आंसर थोड़ा तो यह साफ हो जाएगा ए वाले प्रश्न का आंसर अगला दोस्तों देखो हमारा तो प्रश्न किया है राइट अ लैटर टू योर फ्रेंड अपोलाइज हाँ जी अपोलोजिंग फोर नॉट अटेंडिंग अ बर्थडे पार्टी ਠੀਕ ਹੈ ਕਿ ਭਾਈ ਜਿਹੜਾ ਹੈਗਾ ਵਾ ਤੁਹਾਡਾ ਇੱਕ ਬਰਥਡੇ ਪਾਰਟੀ ਸੀਗਾ ਠੀਕ ਹੈ ਜੀ ਜਨਮ ਦਿਨ ਪਾਰਟੀ ਦੇ ਵਿੱਚ ਜਿਹੜਾ ਹੈਗਾ ਸ਼ਾਮਲ ਨਾ ਹੋਣ ਲਈ ਮਾਫੀ ਮੰਗਣ ਲਈ ਜਿਹੜਾ ਹੈਗਾ ਦੋਸਤੋ ਤੁਸੀਂ ਇੱਕ ਜਿਹੜੀ ਲੈਟਰ ਲਿਖਣੀ ਆ ਠੀਕ ਹੈ ਜੀ ਜਨਮ ਦਿਨ ਦੀ ਪਾਰਟੀ ਵਿੱਚ ਸ਼ਾਮਲ ਨਾ ਹੋਣ ਲਈ ਮਾਫੀ ਮੰਗਣ ਲਈ ਆਪਣੇ ਦੋਸਤ ਨੂੰ ਇੱਕ ਜਿਹੜਾ ਹੈਗਾ ਪੱਤਰ ਲਿਖਣਾ ਵਾ ਚਲੋ ਦੋਸਤੋ ਇਸ ਪ੍ਰਸ਼ਨ ਦਾ ਆਨਸਰ ਵੀ ਦੇਖ ਲੈਨੇ ਆ ਤਾਂ ਆ ਰਹੇ ਦੋਸਤੋ ਅਪੋਲੋਜਾਈਜ਼ਿੰਗ ਹਾਂਜੀ ਫੋਰ ਨਾਟ ਅਟੈਂਡਿੰਗ ਅ ਬਰਥਡੇ ਪਾਰਟੀ ਠੀਕ ਹੈ ਕਿਵੇਂ ਲਿਖਣਾ 151 ਗ੍ਰੀਨਫੀਲਡ ਸੰਗਰੂੜ 26 ਅਪਰੈਲ ਜਿਹੜਾ ਹੈਗਾ ਤੁਸੀਂ ਡੇਟ ਤਾਂ 10 ਤਰੀਕ 10 ਜੁਲਾਈ 2024 ਜਾਂ 12 ਜੁਲਾਈ 2024 ਜਿਹੜੀ ਵੀ ਆ ਮਾਈ ਡੀਅਰ ਮਨਮੀਤ ਆਈ ਏ ਰੀਅਲੀ ਸੌਰੀ ਥੈਟ ਆਈ ਕੁਡ ਨਾਟ ਟੂ ਕਮ ਯੋਰ ਬਰਥਡੇ ਪਾਰਟੀ ਠੀਕ ਹੈ ਜੀ ਕੀ ਮੈਨੂੰ ਸੱਚਮੁੱਚ ਅਫਸੋਸ ਹੈ ਕਿ ਮੈਂ ਤੁਹਾਡੇ ਜਨਮ ਦਿਦਿ ਪਾਰਟੀ ਦੇ ਵਿੱਚ ਨਹੀਂ ਆ ਸਕਿਆ ਠੀਕ ਹੈ ਆਈ ਵਾਸ ਰੈਡੀ ਟੂ ਕਮ ਮਾਈ ਫਾਦਰ ਵਾਸ ਟੂ ਕਮ ਡ੍ਰੌਪ ਮੀ ਐਟ ਯੋਰ ਹੋਮ ਮੈਂ ਆਉਣ ਲਈ ਤਿਆਰ ਸੀ ਮੇਰੇ ਪਿਤਾ ਨੇ ਮੈਨੂੰ ਤੁਹਾਡੇ ਘਰ ਛੱਡਣ ਆਉਣਾ ਸੀ ਫਿਰ ਕੀ ਹੋਇਆ ਬਟ ਬਟ ਮਤਲਬ ਕੀ ਹੁੰਦਾ ਪਰ ਠੀਕ ਹੈ ਜੀ ਪਰ ਕੀ ਹੋਇਆ ਕਿ ਐਟ ਦਾ ਲਾਸਟ ਮੋਮੈਂਟ ਹੀ ਗਾਟ ਸਟਕ ਇਨ ਅਰਜੈਂਟ ਮੀਟਿੰਗ ਇਨ ਹਿਸ ਆਫਿਸ ਸੋ ਹੀ ਕੁਡ ਨਾਟ ਕਮ ਟੂ ਡ੍ਰੌਪ ਮੀ ਪਰ ਆਖਰੀ ਸਮੇਂ ਵਿੱਚ ਉਹ ਆਪਣੇ ਦਫ਼ਤਰ ਵਿੱਚ ਇੱਕ ਜ਼ਰੂਰੀ ਕਮੇਟਿੰਗ ਵਿੱਚ ਫਸੇ ਗਏ ਸਨ ਇਸ ਲਈ ਉਹ ਮੈਨੂੰ ਛੱਡ ਨਹੀਂ ਆ ਸਕੇ ਸੀ ਠੀਕ ਹੈ ਜੀ ਆਈ ਐਮ ਸ਼ੋਰ ਦ ਯੂ ਮਸਟ ਹੈਵ ਇੰਜాయਡ ਇਟ ਆ ਲਾਟ ਵਾਂਸ ਅਗੇਨ ਆਈ ਸੀਰੀਅਸਲੀ ਅਪੋਲੋ ਹਾਂਜੀ ਅਪੋਲੋ ਅਪੋਲੋ ਆਈ ਜ ਹਰ ਨਾਟ ਅਟੈਂਡਿੰਗ ਯਰ ਬਰਥਡੇ ਪਾਰਟੀ ਹੋਪਿੰਗ ਟੂ ਮੀਟ ਯੂ ਸੂਨ ਠੀਕ ਹੈ ਜੀ ਮੈਨੂੰ ਵੀ ਕਿਹਾ ਕਿ ਤੁਸੀਂ ਇਸ ਦਾ ਜਿਹੜਾ ਹੈਗਾ ਆਪਣੇ ਜਨਮ ਦਿਨ ਦਾ ਤੁਸੀਂ ਬਹੁਤ ਹੀ ਆਨੰਦ ਲਿਆ ਹੋਵੇਗਾ ਇੱਕ ਵਾਰ ਫਿਰ ਮੈਂ ਤੁਹਾਡੇ ਜਨਮ ਦਿਨ ਦੀ ਪਾਰਟੀ ਵਿੱਚ ਸ਼ਾਮਿਲ ਨਾ ਹੋਣ ਲਈ ਗੰਭੀਰਤਾ ਨਾਲ ਮਾਫੀ ਮੰਗਦਾ ਹਾਂ ਤੁਹਾਨੂੰ ਜਲਦੀ ਮਿਲਣ ਦੀ ਉਮੀਦ ਹੈ ਠੀਕ ਹੈ ਜੀ ਯੋਰਸ ਐਵਰ ਸੁਖਪ੍ਰੀਤ ठीक है जी तो ये? उस तो बाद दोस्तों बस इतने ये तो लैटर इतने खत्म हो जाती है उस तो बाद हम दोस्तों अपना अगला की है अगला इतने देख लो दोस्तों है वा अपना राइट अ पैराग्राफ ऑन डिस्क्राइबिंग पीपल ठीक है जी सॉरी राइट अ पैराग्राफ ऑन मतलब डिस्क्राइबिंग पीपल का जो है पैराग्राफ जो है वा तुम करना वा लोगों का वर्णन करना ठीक है जी डिस्क्राइबिंग पीपल मतलब की हो गया लोगों का वर्णन करना चलो दोस्तों इस प्रश्न का आंसर देख लें डिस्क्राइबिंग पीपल ठीक है जी तो इतने देखो दोस्तों लिखा है वा पिंदा पिंद इज़ ਠੀਕ ਹੈ ਜੀ ਇਸ ਨੂੰ ਐਲ ਕਰ ਲੋ ਚਾਹੇ ਇੱਥੇ ਜਿਵੇਂ ਕਿ ਲਿੰਡਾ ਵੀ ਹੋ ਸਕਦਾ ਵਾ ਪਰ ਇੱਥੇ ਦੋਸਤੋ ਤੁਸੀਂ ਪੀ ਮੰਨੋ ਠੀਕ ਹੈ ਜੀ ਇੱਥੇ ਜਿੱਥੇ ਅਗਰ ਐਲ ਤੁਹਾਨੂੰ ਲੱਗ ਰਹੀ ਆ ਤਾਂ ਇੱਥੇ ਦੋਸਤੋ ਪਿੰਦਾ ਆਪਾਂ ਪਿੰਦਾ ਲੈ ਕੇ ਚਲਾਂਗੇ ਪਿੰਦਾ ਇਜ਼ ਅ ਯੰਗ ਗਰਲ ਵਿਦ ਕਰਲੀ ਹੈਅਰ ਠੀਕ ਹੈ ਜੀ ਜਿਹੜੀ ਪਿੰਦਾ ਵਾ ਦੋਸਤੋ ਕੀ ਹੈ ਕੁੰਗਰਾਲੇ ਵਾਲਾਂ ਵਾਲੀ ਇੱਕ ਜਵਾਨ ਜਿਹੜੀ ਹੈਗੀ ਕੁੜੀ ਹੈ ਠੀਕ ਹੈ ਜੀ ਤਾਂ ਇੱਥੇ ਪਿੰਦਾ ਕੁੜੀ ਆ ਬਾਕੀ ਜਿਹੜਾ ਨਾਮ ਆ ਪਿੰਦਾ ਮੁੰਡਿਆਂ ਦਾ ਨਾਮ ਆ ਇੱਥੇ ਆਪਾਂ ਕੁੜੀ ਦਾ ਨਾਮ ਜੇ ਤੁਸੀਂ ਇੱਥੇ ਪਿੰਦਾ ਆ ਅਦੀ ਜਗ੍ਹਾ ਦੋਸਤੋ ਕੁਝ ਵੀ ਲਿਖ ਲਓ ਠੀਕ ਹੈ ਜੀ ਇੱਥੇ ਮਨਮੀਤ ਲਿਖ ਲਓ ਠੀਕ ਹੈ ਮਨਮੀਤ ਇਸ ਅ ਯੰਗ ਗਰਲ ਵਿਦ ਕਰਲੀ ਹੇਅਰ ਕਿ ਮਨਮੀਤ ਜਿਹੜੀ ਹੈਗੀ ਆ ਕੁੰਗਰਾਲੇ ਵਾਲਾਂ ਵਾਲੀ ਇੱਕ ਜਵਾਨ ਕੁੜੀ ਹੈ ਠੀਕ ਹੈ ਜੀ ਜਾਂ ਫਿਰ ਬாய் ਵੀ ਲਿਖ ਲਓ ਕੋਈ ਚੱਕਰ ਨਹੀਂ ਸ਼ੀ ਹੈਜ਼ ਗਾਟ ਬਿਗ ਬ੍ਰਾਊਨ ਆਈਜ਼ ਐਂਡ ਅ ਕਿਊਟ ਨੋਜ਼ ਉਸਦੀਆਂ ਵੱਡੀਆਂ ਪੂਰੀਆਂ ਅੱਖਾਂ ਤੇ ਪਿਆਰੀ ਨੱਕ ਹੈ उस तो बाद शी हैज़ गॉट समॉल माउथ एंड प्रेटी समाइल ठीक है उसको एक छोटा जि मूहते एक सुंदर मुस्कुराहट है ठीक है जी आ, पिंदा इज अ वेयरिंग ऑफ पिंक ड्रेस विद वाइट आ, पोलका डॉट्स शी हैज़ गॉट वाइट शॉक्स एंड ब्लैक शूज ऑन हर फिट ठीक है जी आ, की है दोस्तों अपना आ, ਪਿੰਦੇ ਨੂੰ ਪਿੰਦੇ ਨੂੰ ਦੋਸਤੋ ਜਿਹੜਾ ਜਬਾ ਚਿੱਟੇ ਪੁਲਕਾ ਬਿੰਦੀਆਂ ਵਾਲੀ ਗੁਲਾਬੀ ਪਹਿਰਾਵਾ ਪਾਇਆ ਹੋਇਆ ਉਸਦੇ ਪੈਰਾ ਵਿੱਚ ਚਿੱਟੀਆਂ ਜੁਰਾਬਾਂ ਤੇ ਕਾਲੇ ਜੁੱਤੇ ਹਨ ਠੀਕ ਹੈ ਉਸਨੇ ਆਪਣੇ ਜਿਹੜੇ ਹੈਗੇ ਬਾਲ ਹਾਂਜੀ ਸ਼ੀ ਹੈਜ਼ ਗੋ ਸ਼ੀ ਹੈਜ਼ ਆਲਸੋ ਗਾਟ ਅ येलो हेयर ਕਲਿੱਪ ਇਨ ਹਰ ਹੈਅਰ ਠੀਕ ਹੈ ਭਾਈ ਕੀ ਹੈ ਉਸਨੇ ਆਪਣੇ ਵਾਲਾਂ ਵਿੱਚ ਪੀਲੇ ਰੰਗ ਦੀ ਕਲਿੱਪ ਵੀ ਪਾਈ ਹੋਈ ਹੈ ਠੀਕ ਹੈ ਜੀ उस तो बाद लिख्या इन्हना ने कि हैज uh, हाँ जी ये तो हो गया सी ब्लैक शूज पाए हुए पिंदा हैज़ गॉट अ वॉर्म कोट बट शी हैज़ नॉट गॉट एनी ग्लब्स हर ड्रेस एंड कोट आर बोथ वेरी कंफर्टेबल पिंदा शूज़ आर नॉट टू टाइट बट ही हर सॉक्स आर लिटल बिट टू समॉल ओवरऑल पिंदा इज अ वेरी स्टाइलिस एंड अडोबल यंग गर्ल एंड शी हैज़ गॉट मैनी नाइस क्लोथ एंड असैसरीज मतलब ये आई है दोस्तों ਕਿ ਬਈ ਜਿਹੜੀ ਪਿੰਦਾ ਵਾ ਠੀਕ ਹੈ ਜੀ ਉਸ ਕੋਲ ਗਰਮ ਕੋਟ ਮਿਲ ਗਿਆ ਹੈ ਪਰ ਉਸ ਕੋਲ ਕੋਈ ਵੀ ਸਸਤਾਨੇ ਨਹੀਂ ਹਨ ਉਸ ਦਾ ਪਹਿਰਾਵਾ ਤੇ ਕੋਟ ਦੋਵੇ ਬਹੁਤ ਆਰਾਮਦਾਇਕ ਹਨ ਪਿੰਦਾ ਦੀਆਂ ਜੁੱਤੀਆਂ ਜਿਹੜੀਆਂ ਨੇ ਬਹੁਤ ਹੀ ਤੰਗ ਨਹੀਂ ਹਨ ਪਰ ਉਸ ਦੀਆਂ ਜੁਰਾਬਾਂ ਥੋੜੀਆਂ ਬਹੁਤ ਛੋਟੀਆਂ ਹਨ ਕੁਲ ਮਿਲਾ ਕੇ ਪਿੰਦਾ ਇੱਕ ਬਹੁਤ ਹੀ ਜਿਹੜੀ ਹੈਗੀ ਸਟਾਈਲਿਸ਼ ਸਟਾਈਲਿਸ਼ ਜਿਹੜੀ ਹੈਗੀ ਅਤੇ ਪਿਆਰੀ ਮੁਟਿਆਰ ਹੈ ਅਤੇ ਉਸ ਕੋਲ ਬਹੁਤ ਸਾਰੇ ਵਧੀਆ ਕੱਪੜੇ ਅਤੇ ਜਿਹੜੇ ਹੈਗਾ ਸਾਰੇ ਉਪਕਰਣ ਹਨ ਠੀਕ ਹੈ ਜੀ ਤਾਂ ਇਹ ਤੁਹਾਡਾ ਆਨਸਰ ਇੱਥੇ पूरा का पूरा असी इतने कपलीट करता है वहाँ हूँ इतने दोस्तों कुछ भी प्रश्न जो है वा नहीं बचाया पूरा, पूरा पूरा क्वेश्चन पेपर जोड़ा है साइड को पहुंचा से जुलाई दो हजार चौबी कलास नाइन्थ इंग्लिश का यह अभी सोल्व करके थोड़े तो सामने रख दता है बाकी एक दो क्वेश्चन होर ने क्वेश्चन पेपर आखा दें तोड़ा वा एक दोस्तोवालशन पेपर आ नाइनथ इंग्लिश बाई मंथली जुलाई दो हज़ार चौबी टैसट ठीक है जी आ भी जोड़ा है दोस्तों कोशन असं जो है इत पेपर हजे फिलहाल का सोल्व नहीं किया जो मैं सोल्व करके जल्दी ये दूंगा ठीक है जी बस इन्ना ही क्वेश्चन पेपर वाला ਇਜਮੇ ਕਿ ਇਹ ਇੱਕ ਕੁਐਸਚਨ ਪੇਪਰ ਹੈ ਇਹਦੇ ਥੱਲੇ ਦੂਸਰਾ ਵਾਲਾ ਕੁਐਸਚਨ ਪੇਪਰ ਨਾ ਨਾ ਸੇਮ ਹੈ ਇਹੀ ਛਾਪੇ ਹੋਇਆ ਹੈ ਬਾ ਚਾਹੇ ਤੁਸੀਂ ਆਹ ਦੇਖ ਲਓ ਠੀਕ ਹੈ ਜੀ ਇਹਦੀ ਰਿਵੀਜ਼ਨ ਜਿਹੜਾ ਹੈਗਾ ਤੁਸੀਂ ਖੁਦ ਹੀ ਇਸ ਨੂੰ ਕਰ ਲਓ ਬਾਕੀ ਮੈਂ ਵੀਡੀਓ ਨੰਬਰ ਦਾ ਪਾਰਟ 2 ਜ਼ਰੂਰ ਲੈਣ ਦੀ ਕੋਸ਼ਿਸ਼ ਕਰੂੰਗਾ ਪਾਰਟ 2 ਦੇ ਵਿੱਚ ਇੱਕ ਵਾਲਾ ਆਹ ਵਾਲਾ ਕੁਐਸਚਨ ਪੇਪਰ ਜਿਹੜਾ ਹੈਗਾ ਸੋਲਵ ਕਰਾ ਦੂੰਗਾ ਪਾਰਟ 2 ਦੇ ਵਿੱਚ ਫਿਲਹਾਲ ਦੋਸਤੋ ਤੁਸੀਂ ਇਸ ਕੁਐਸਚਨ ਪੇਪਰ ਨੂੰ ਹਜੇ ਜਿਹੜਾ ਹੈਗਾ ਵੇਖ ਲਓ ਹੋ ਸਕਦਾ ਤੁਹਾਨੂੰ ਇਹੀ ਆ ਜਾਵੇ ਠੀਕ ਹੈ ਜੀ ਬਾਕੀ ਮੈਂ ਇਸ ਦੇ ਆਨਸਰ ਜਿਹੜਾ ਹੈਗਾ ਲੱਭ ਕੇ ਜਲਦੀ ਤੋਂ ਜਲ ਠੀਕ ਹੈ ਜੀ ਤਾਂ ਆ ਵੀ ਤੁਸੀਂ ਜਿਹੜਾ ਹੈਗਾ ਵਾ ਚੰਗੀ ਤਰ੍ਹਾਂ ਦੇਖ ਲਓ ਹੋ ਸਕਦਾ ਤੁਹਾਨੂੰ ਆ ਵਾਲਾ ਕੁਐਸਚਨ ਪੇਪਰ ਹੀ ਆ ਜਾਵੇ ਠੀਕ ਹੈ ਆ ਵੀ ਜਿਹੜਾ ਹੈਗਾ ਵਾ ਵਾਇਰਲ ਹੋ ਸੀਗਾ ਸੀ ਸਾਰੇ ਵਾਇਰਲ ਕੁਐਸਚਨ ਪੇਪਰ ਤੁਹਾਨੂੰ ਦਿਖਾ ਰਿਹਾ ਹਾਂ ਠੀਕ ਹੈ ਤਾਂ ਇਹ ਵੀਡੀਓ ਨੂੰ ਜਿਹੜਾ ਹੈਗਾ ਦੋਸਤੋ ਆ ਵਾਲਾ ਕੁਐਸਚਨ ਪੇਪਰ ਸੋਲਵ ਕਰਨ ਲਈ ਪਾਰਟ 3 ਦੀ ਲੋੜ ਪੈਗੀ ਪਹਿਲਾਂ ਤਾਂ ਮੈਂ ਪਾਰਟ 2 ਬਣਾਉਂਗਾ ਪਾਰਟ 2 ਜਿਹੜਾ ਹਜੇ ਪਿਛਲਾ ਕੁਐਸਚਨ ਪੇਪਰ ਦਿਖਾਇਆ ਉਹ ਸੋਲਵ ਕਰਕੇ ਤੁਹਾਡੇ ਸਾਹਮਣੇ ਲੈ ਕੇ ਆਉਂਗਾ ਆ ਪਾਰਟ 3 ਦੇ ਵਿੱਚ ਮੈਂ ਕੋਸ਼ਿਸ਼ ਕਰੂੰਗਾ ਇਸ ਨੂੰ ਲੈ ਕੇ ਆਉਣ ਦੀ ਬਾਕੀ ਜਿਹੜੇ ਵੀ ਹੁਣ ਦੋਸਤੋ ਤੁਹਾਡੇ ਪੇਪਰ ਦੱਸਿਓ ਥੱਲੇ ਕਮੈਂਟ ਬਾਕਸ ਦੇ ਵਿੱਚ ਹੁਣ ਅਗਲਾ ਪੇਪਰ ਤੁਹਾਡਾ ਕਿਹੜਾ ਵਾ ਕਲਾਸ 9th ਵਾਲਿਆਂ ਦਾ ਤੇ ਅਸੀਂ ਉਸ ਨੂੰ ਜਰੂਰ ਅਪਲੋਡ ਕਰਾਂਗੇ ਆਲ ਦਾ ਬੈਸਟ ਤੁਹਾਡੇ ਐਗਜ਼ਾਮ ਦੇ ਲਈ ਤੇ ਕਿਵੇਂ ਦਾ ਤੁਹਾਡੇ ਪੇਪਰ ਹੋ ਰਿਹਾ ਹਨ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ